ਲੈਂਸਰ ਗੱਡੀ ਦੇ ਵਿੱਚ ਆ ਕੇ ਚੋਰੀਆਂ ਕਰਨ ਵਾਲੇ ਚੋਰਾਂ ਨੂੰ ਪੁਲਿਸ ਨੇ ਕਾਬੂ ਕੀਤਾ। ਦਰਅਸਲ ਕਿਹਾ ਜਾ ਰਿਹਾ ਕਿ ਇਹਨਾਂ ਚੋਰਾਂ ਨੇ ਪੁਲਿਸ ਨੂੰ ਵੀ ਭਾਜੜਾ ਪਾ ਰੱਖਿਆ ਸੀ। ਸਵੇਰੇ ਇਹਨਾਂ ਦੇ ਵੱਲੋਂ ਤਿਆਰ ਹੋ ਕੇ ਗੇੜੀਆਂ ਮਾਰੀਆਂ ਜਾਂਦੀਆਂ ਸੀ ਤੇ ਸ਼ਾਮ ਨੂੰ ਕਿਸੇ ਨਾ ਕਿਸੇ ਦੁਕਾਨ ਦਾ ਤਾਲਾ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ। ਤਾਂ ਦੱਸ ਦਈਏ ਕਿ ਬੇਹੱਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਲੈਂਸਰ ਗੱਡੀ ਵਾਲੇ ਚੋਰਾਂ ਨੂੰ ਕਾਬੂ ਕਰ ਲਿਆ। ਕਿਹਾ ਜਾ ਰਿਹਾ ਕਿ ਜਦੋਂ ਵੀ ਇਲਾਕੇ ਦੇ ਵਿੱਚ ਕਿਤੇ ਵੀ ਵਾਰਦਾਤ ਹੋ ਰਹੀ ਸੀ ਚੋਰੀ ਦੀ ਕਿਸੇ ਵੀ ਦੁਕਾਨ ਤੇ, ਤਾਂ ਉੱਥੇ ਇੱਕ ਲੈਂਸਰ ਗੱਡੀ ਜ਼ਰੂਰ ਦੇਖੀ ਜਾਂਦੀ ਸੀ ਜਿਸ ਦੇ ਵਿੱਚ ਇਹ ਚੋਰ ਆਉਂਦੇ ਸੀ। ਤਾਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਕਿਹਾ ਜਾ ਰਿਹਾ ਕਿ ਫਰਾਰ ਹੋਣ ਦੇ ਨਾਲ ਨਾਲ ਇਹਨਾਂ ਦੇ ਵੱਲੋਂ ਆਪਣੀ ਕਾਰ ਦੇ ਨਾਲ ਪੁਲਿਸ ਦੀ ਕਾਰ ਨੂੰ ਵੀ ਟੱਕਰ ਮਾਰੀ ਗਈ। ਪਰ ਫਿਰ ਵੀ ਕਿਹਾ ਜਾ ਰਿਹਾ ਕਿ ਤਿੰਨ ਚੋਰਾਂ ਨੂੰ ਪੁਲਿਸ ਨੇ ਕਾਬੂ ਕੀਤਾ, ਜਿਨ੍ਹਾਂ ਦੇ ਵਿੱਚੋਂ ਦੀ ਹਾਲੇ ਵੀ ਦੋ ਫਰਾਰ ਦੱਸੇ ਜਾ ਰਹੇ ਨੇ। ਤਾਂ 5 ਮੈਂਬਰਾਂ ਦਾ ਇਹ ਕੁੱਲ ਗਰੁੱਪ ਦੱਸਿਆ ਜਾ ਰਿਹਾ ਸੀ, ਜਿਨ੍ਹਾਂ ਦੇ ਵੱਲੋਂ ਸਵੇਰੇ ਤਾਂ ਪਹਿਲਾਂ ਦੁਕਾਨਾਂ ਦੀ ਰੇਖੀ ਕੀਤੀ ਜਾਂਦੀ ਸੀ ਤਿਆਰ ਹੋ ਕੇ, ਅਤੇ ਫਿਰ ਰਾਤ ਨੂੰ ਉਸਦਾ ਤਾਲਾ ਤੋੜ ਦਿੱਤਾ ਜਾਂਦਾ ਸੀ। ਸਾਰੇ ਹੀ ਤਰਨ ਤਾਰਨ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਅਤੇ ਵਾਰਦਾਤ ਇਹਨਾਂ ਦੇ ਵੱਲੋਂ ਮੋਗਾ ਦੇ ਵਿੱਚ ਕੀਤੀ ਜਾਂਦੀ ਸੀ ਅਤੇ ਹਰ ਵਾਰਦਾਤ ਦੇ ਵਿੱਚ ਇੱਕ ਲੈਂਸਰ ਗੱਡੀ ਜ਼ਰੂਰ ਨਜ਼ਰ ਆਉਂਦੀ ਸੀ, ਜਿਸ ਤੋਂ ਬਾਅਦ ਲੈਂਸਰ ਗੱਡੀ ਵਾਲੇ ਚੋਰ ਜੋ ਨੇ ਉਹ ਪੁਲਿਸ ਦੀ ਰਡਾਰ ਦੇ ਉੱਤੇ ਆ ਗਏ ਸੀ। ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਜਾ ਰਹੀ ਸੀ ਇਹਨਾਂ ਨੂੰ ਕਾਬੂ ਕਰਨ ਦੇ ਲਈ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਤਾਂ ਪੁਲਿਸ ਨੇ ਛਾਪਾ ਮਾਰ ਕੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਚੋਰ ਮੌਕੇ ਤੋਂ ਫਰਾਰ ਹੋਣ ਦੇ ਲਈ ਉਹਨਾਂ ਨੇ ਪੁਲਿਸ ਦੀ ਗੱਡੀ ਦੇ ਵਿੱਚ ਵੀ ਟੱਕਰ ਮਾਰੀ, ਪਰ ਫਿਰ ਵੀ 3 ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਪੁਲਿਸ ਨੇ ਇਹਨਾਂ ਦੇ ਕੋਲੋਂ ਜੋ ਚੋਰੀ ਕੀਤਾ ਹੋਇਆ ਸਮਾਨ ਸੀ ਉਹ ਵੀ ਬਰਾਮਦ ਕਰ ਲਿਆ ਅਤੇ 2 ਚੋਰ ਹਾਲੇ ਵੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਨੇ। ਤਾਂ ਮੋਗਾ ਤੋਂ ਇਹ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਤਕਰੀਬਨ ਪਿਛਲੇ 2-3 ਮਹੀਨਿਆਂ ਤੋਂ ਮੋਗਾ ਦੇ ਵਿੱਚ ਵੱਖ ਵੱਖ ਸਬ ਡਿਵੀਜ਼ਨਾਂ ਦੇ ਵਿੱਚ ਕਈ ਚੋਰੀਆਂ ਇਹਨਾਂ ਨੇ ਕੀਤੀਆਂ ਨੇ, ਜਿਹਦੇ ਵਿੱਚ ਸਾਡੇ ਕੋਲ CCTV ਫੁਟੇਜ ਸੀ। ਮੈਂ ਅਤੇ ਸਾਡੀ ਟੀਮ ਥਾਣਾ ਧਰਮਕੋਟ ਦੀ ਕਾਫੀ ਦੇਰ ਤੋਂ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ, ਜਿਹਦੇ ਬਾਰੇ ਸਾਡੇ ਚੌਂਕੀ ਦੇ ਮੁਨਸ਼ੀ ਵਿਸ਼ਾਲ ਨੂੰ ਇੱਕ ਗੁਪਤ ਸੂਚਨਾ ਮਿਲੀ, ਜਿਹਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸਾਡੇ ਮੁਲਾਜ਼ਮਾਂ ਨੇ ਕਾਫੀ ਸਪੀਡ ਚੇਜ਼ ਇਹਨਾਂ ਦਾ ਤਕਰੀਬਨ 10-12 ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਇਹਨਾਂ ਨੂੰ ਹਾਈ ਸਪੀਡ ਚੇਜ਼ ਦੇ ਵਿੱਚ ਈਵਨ ਕਿ ਇਹਨਾਂ ਨੇ ਸਾਡੇ ਮੁਲਾਜ਼ਮਾਂ ਦੀ ਗੱਡੀ ਨੂੰ ਹਿੱਟ ਵੀ ਕੀਤਾ, ਪਰ ਅਸੀਂ ਇਹਨਾਂ ਨੂੰ ਓਵਰਪਾਵਰ। ਇਹ ਕਿੱਥੋਂ ਆਉਂਦੇ ਸੀ? ਇਹ ਤਰਨ ਤਾਰਨ ਏਰੀਏ ਦੇ ਰਹਿਣ ਵਾਲੇ ਆ ਜੀ, ਅਤੇ ਉੱਥੋਂ ਮਤਲਬ ਇਹ ਆਪਦੇ ਏਰੀਏ 'ਚ ਵਾਰਦਾਤ ਨਹੀਂ ਸੀ ਕਰਦੇ, ਤਕਰੀਬਨ 50-100 ਕਿਲੋਮੀਟਰ ਦੂਰ ਜਾ ਕੇ ਵਾਰਦਾਤ ਕਰਦੇ ਸੀ। ਨਹੀਂ, ਇਹਨਾਂ ਦੀ ਮੋਡਸ ਆਪਰੈਂਡੀ ਇਹ ਸੀ ਜੀ, ਇਹ ਦਿਨ ਵੇਲੇ ਚੰਗੇ ਕੱਪੜੇ ਪਾ ਕੇ ਆਪਣੀ ਲੈਂਸਰ ਗਾਰਡ ਨੂੰ ਸਾਫ਼ ਸੁਥਰੀ ਕਰਕੇ ਏਰੀਏ ਦੇ ਵਿੱਚ ਘੁੰਮਦੇ ਸੀਗੇ। ਮੋਗਾ ਏਰੀਏ ਦੇ ਵਿੱਚ ਵੱਖ ਵੱਖ ਸਬ ਡਿਵੀਜ਼ਨਾਂ ਦੇ ਵਿੱਚ ਜਾਂਦੇ ਸੀ, ਉੱਥੇ ਇੱਕ ਆਪਣਾ ਟਾਰਗੇਟ ਨਿਰਧਾਰਿਤ ਕਰ ਲੈਂਦੇ ਸੀ ਵੀ ਇਸ ਥਾਂ 'ਤੇ ਆਪਾਂ ਚੋਰੀ ਕਰਨੀ ਹੈ। ਉਦੋਂ ਚੰਗੀ ਤਰ੍ਹਾਂ ਰੇਕੀ ਕਰਕੇ ਰਾਹ ਵਗੈਰਾ ਦੇਖ ਕੇ ਕੈਮਰਾਜ਼ ਵਗੈਰਾ ਦੀ ਲੋਕੇਸ਼ਨ ਚੈੱਕ ਕਰਕੇ ਇਹ ਉਹਨੂੰ ਟਾਰਗੇਟ ਬਣਾ ਕੇ ਅਤੇ ਰਾਤ ਨੂੰ ਆ ਕੇ ਆਪਦਾ ਹੱਥ ਸਾਫ਼ ਕਰ ਜਾਂਦੇ ਸੀ। ਇਹਨਾਂ ਨੇ ਦੱਸਿਆ ਇਹਨਾਂ ਕੋਲ ਆਹ ਦੇਖੋ ਜੀ, ਆਹ ਔਜ਼ਾਰ ਨੇ ਜਿਹਨਾਂ ਦੀ ਮਦਦ ਨੇ ਨਾਲ, ਰੋਡਸ ਨੇ, ਜੈੱਕ ਨੇ ਕੁਛ ਜੀ, ਜਿਹਨਾਂ ਦੀ ਮਦਦ ਦੇ ਨਾਲ ਇਹ ਆ ਦੇਖੋ, ਇਹਦੇ ਨਾਲ ਸ਼ਟਰ ਦੇ ਥੱਲਿਓ ਪਾ ਕੇ ਅਤੇ ਆਰਾਮ ਨਾਲ ਸ਼ਟਰ ਪੁੱਟਿਆ ਜਾਂਦਾ ਜੀ। ਇਹਨਾਂ ਦੇ ਨਾਲ ਇੱਕ ਪਤਲਾ ਜਿਹਾ ਮੁੰਡਾ ਜਿਹੜਾ ਥੱਲਿਓ ਦੀ ਵੜ ਜਾਂਦਾ ਸੀ, ਅੰਦਰੋਂ ਸਮਾਨ ਫੜਾਈ ਜਾਂਦਾ ਸੀ ਅਤੇ ਬਾਹਰ ਖੜ੍ਹੇ ਖੜ੍ਹੇ ਸਮਾਨ ਗੱਡੀ 'ਚ ਲੋਡ ਕਰਕੇ ਨਿਕਲ ਜਾਂਦੇ ਸੀ। ਇਹ ਕੰਮ ਕੀ ਕਰਦੇ ਬੇਸਿਕਲੀ, ਕੋਈ ਜਾਣਕਾਰੀ ਸੀ ਇਹਨਾਂ ਨੂੰ ਕਿ ਕਦੋਂ ਤੋਂ ਚੋਰੀਆਂ ਕਰਦੇ? ਇਹ 20-25 ਉਮਰ ਦੇ ਨੌਜਵਾਨ ਨੇ ਜੀ, ਬੇਸਿਕਲੀ ਇਹ ਐਡਿਕਟਸ ਨੇ ਜੀ, ਇਹ ਡਰੱਗ ਐਡਿਕਟਸ ਨੇ, ਇਹ ਨਸ਼ੇ ਦੀ ਪੂਰਤੀ ਕਰਨ ਦੇ ਕਾਰਨ ਹੀ ਇਹ ਇਹਨਾਂ ਚੋਰੀਆਂ ਨੂੰ ਅੰਜਾਮ ਦਿੰਦੇ ਸੀ। ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ, ਇਹਨਾਂ 'ਤੇ ਪੁਰਾਣੇ 2 ਜਾਣਿਆਂ 'ਤੇ ਤਕਰੀਬਨ 7-7 ਪਰਚੇ ਦਰਜ ਨੇ, ਇਹਨਾਂ ਦੇ ਕੁਛ ਸਾਥੀ ਹਾਲੇ ਫੜਨ ਵਾਲੇ ਨੇ। ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ, ਹਾਲੇ ਮੈਂ ਦੱਸ ਨਹੀਂ ਪਾਊਂਗਾ ਇਹਦੇ ਬਾਰੇ,
ਫਰਦਰ ਜੋ ਵੀ ਅਸੀਂ ਪ੍ਰਾਪਤੀ ਕਰਾਂਗੇ ਤੁਹਾਨੂੰ ਵਿਲ ਲੈਟ ਯੂ ਨੋ। ਇਹਨਾਂ ਦੇ ਹੋਰ ਮੈਂਬਰ ਹੈਗੇ ਨੇ ਜੀ ਜਿਹੜੇ ਫੜਨੇ ਬਾਕੀ ਨੇ, ਉਹਦੇ ਬਾਰੇ ਮੈਂ ਤੁਹਾਨੂੰ ਫਰਦਰ ਕੁਛ ਦਿਨਾਂ ਵਿੱਚ ਦੱਸ ਪਾਊਂਗਾ। ਹਾਂਜੀ ਹਾਂਜੀ ਆਲਮੋਸਟ ਸਿਮਿਲਰ। ਹਾਂਜੀ ਕੁਝ ਇਹਨਾਂ ਦੇ ਅੱਗੋਂ ਬੰਦੇ ਰੱਖੇ ਹੋਏ ਆ ਜੀ ਜਿਹੜੇ ਇਸ ਸਮਾਨ ਨੂੰ ਜਦੋਂ ਚੋਰੀ ਕਰਦੇ ਤਾਂ ਅੱਗੋਂ ਉਹਨਾਂ ਨੂੰ ਦੇ ਦਿੰਦੇ ਸੀ, ਉਹ ਅੱਗੋਂ ਇਸ ਸਮਾਨ ਨੂੰ ਵੱਖ ਵੱਖ ਜਗ੍ਹਾ 'ਤੇ ਵੇਚ ਕੇ ਇਹਨਾਂ ਨੂੰ ਪੈਸੇ ਇਹਨਾਂ ਦਾ ਬਣਦਾ ਹਿੱਸਾ ਦੇ ਦਿੰਦੇ ਸੀ। ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ, ਕੁਛ ਬੰਦੇ ਆਈਡੈਂਟੀਫਾਈ ਕਰਨੇ ਬਾਕੀ ਨੇ ਹਾਲੇ, ਜਿਵੇਂ ਮੈਂ ਦੱਸਿਆ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਤੇ ਕੁਛ ਦਿਨਾਂ ਬਾਅਦ ਮੇਰੇ ਬਾਰੇ ਜ਼ਿਆਦਾ ਚੰਗੇ ਤਰੀਕੇ ਨਾਲ ਦੱਸ ਪਾਊਂਗਾ। ਪਟੀ ਸਾਹਿਬ ਤੁਸੀਂ ਦੱਸਿਆ ਕਿ ਇੱਕ ਸੂਚਨਾ ਮਿਲੀ ਸੀਗੀ ਔਰ ਉਸ ਤੋਂ ਬਾਅਦ ਇਹਨਾਂ ਦੀ ਗੱਡੀ ਨੂੰ ਚੇਂਜ ਕੀਤਾ ਗਿਆ, ਇਹ ਗੱਡੀ ਦੇ ਵਿੱਚ ਇਹੀ 3 ਜਣੇ ਸੀਗੇ ਜਾਂ ਕੋਈ ਹੋਰ ਵੀ ਸੀਗੇ ਜਾਂ ਉੱਥੋਂ ਭੱਜ ਗਏ ਹੋਣੇ ਜਾਂ ਇਹਨਾਂ ਕੋਲ ਕੋਈ ਹੋਰ ਹਥਿਆਰ ਵਗੈਰਾ ਕੁਛ ਸੀਗਾ? ਸਾਨੂੰ ਗੱਡੀ ਦੀ ਡਿਸਕ੍ਰਿਪਸ਼ਨ ਪਤਾ ਸੀ ਜੀ, ਬੰਦਿਆਂ ਦੀ ਡਿਸਕ੍ਰਿਪਸ਼ਨ ਸਾਡੇ ਕੋਲ ਨਹੀਂ ਸੀ ਹੈਗੀ। ਸੀਸੀਟੀਵੀਜ਼ ਦੇ ਵਿੱਚ ਵੀ ਜਿਹੜੀ ਇੱਕ ਰਾਤ ਨੂੰ ਵੀ ਜਿਹੜੀ ਸਾਡੇ ਕੋਲ ਵੀਡੀਓ ਆਉਂਦੀ ਸੀ ਉਹ ਇੰਨੀ ਕਲੀਅਰ ਨਹੀਂ ਸੀਗੀ। ਸਾਡੇ ਕੋਲ ਇੱਕ ਬਰੀਫ ਜੀ ਡਿਸਕ੍ਰਿਪਸ਼ਨ ਸੀ ਜਿਹਨੂੰ ਫੋਲੋ ਕਰਦੇ ਕਰਦੇ ਅਸੀਂ ਇਹਨਾਂ ਤੱਕ ਪਹੁੰਚ ਪਾਏ। ਤਕਰੀਬਨ ਇਹਨਾਂ ਨੇ ਮੋਗੇ ਜ਼ਿਲ੍ਹੇ ਦੇ ਵਿੱਚ, ਲੁਧਿਆਣਾ ਜ਼ਿਲ੍ਹੇ ਦੇ ਵਿੱਚ ਐਂਡ ਕੁਛ ਪਾਰਟਸ ਇੱਧਰ ਜਲੰਧਰ ਅਤੇ ਕਪੂਰਥਲੇ ਵਿੱਚ ਵੀ ਚੋਰੀ ਕੀਤੀ ਹੈ ਅਤੇ ਤਕਰੀਬਨ ਸਾਰੀਆਂ ਜਗ੍ਹਾ 'ਤੇ ਕੁਛ ਪਰਚੇ ਦਰਜ ਹੋਣਗੇ ਜਿਹਦੇ ਬਾਰੇ ਅਸੀਂ ਪਤਾ ਕਰ ਰਹੇ ਹਾਂ।